ਭਾਰੀ ਬਰਸਾਤ ਤੋਂ ਬਾਅਦ ਇਸ ਪਰਿਵਾਰ ਤੇ ਦੁੱਖਾਂ ਦਾ ਪਹਾੜ ਡਿੱਗਿਆ। ਜਦੋਂ ਇਹਨਾਂ ਦੇ ਘਰ ਦੀ ਛੱਤ ਤਾਂ ਡਿੱਗੀ ਹੀ, ਪਰ ਨਾਲ ਹੀ ਇਹਨਾਂ ਦੇ ਘਰ ਦਾ ਚਿਰਾਗ ਵੀ ਬੁਝਾ ਦਿੱਤਾ। ਇਸ ਦਰਦਨਾਕ ਘਟਨਾ ਦੇ ਵਿੱਚ 5 ਸਾਲ ਦੇ ਇੱਕ ਮਾਸੂਮ ਦੀ ਮੌਤ ਹੋ ਗਈ ਹੈ, ਜਦਕਿ 2 ਜਣੇ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਨੇ। ਘਰ ਦੇ ਅੰਦਰ 3 ਜਣੇ ਮੌਜੂਦ ਹੁੰਦੇ ਨੇ ਤੇ ਇੱਕਦਮ ਘਰ ਦੀ ਛੱਤ ਥੱਲੇ ਡਿੱਗ ਜਾਂਦੀ ਹੈ ਅਤੇ 3 ਜਣੇ ਇਸ ਘਰ ਦੀ ਛੱਤ ਦੇ ਥੱਲੇ ਦੱਬ ਜਾਂਦੇ ਨੇ, ਜਿਨ੍ਹਾਂ ਨੂੰ ਮੌਕੇ ਤੇ ਗਵਾਂਢੀਆਂ ਵੱਲੋਂ ਬਾਹਰ ਕੱਢਿਆ ਗਿਆ। ਇਸ ਹਾਦਸੇ ਦੇ ਵਿੱਚ 5 ਸਾਲ ਦੇ ਮਾਸੂਮ ਦੀ ਮੌਤ ਹੋ ਗਈ ਹੈ, ਜਦਕਿ ਉਸਦੀ ਭੈਣ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਹੈ ਤੇ ਇੱਕ ਨੌਜਵਾਨ ਵੀ ਇਸ ਹਾਦਸੇ ਦੇ ਵਿੱਚ ਜ਼ਖਮੀ ਹੋ ਗਿਆ, ਜਿਨ੍ਹਾਂ ਨੂੰ ਮੌਕੇ ਤੇ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਦਰਦਨਾਕ ਹਾਦਸੇ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਇਹ ਦਰਦਨਾਕ ਤਸਵੀਰਾਂ ਵਿਧਾਨ ਸਭਾ ਹਲਕਾ ਅਟਾਰੀ ਦੇ ਅਧੀਨ ਆਉਂਦੇ ਪਿੰਡ ਖੈਰਾਬਾਦ ਤੋਂ ਸਾਹਮਣੇ ਆਈਆਂ ਨੇ, ਜਦੋਂ ਇਹ ਮਾਨਸੂਨ ਇਸ ਪਰਿਵਾਰ ਤੇ ਕਹਿਰ ਬਣ ਕੇ ਵਰਿਆ। ਜਾਣਕਾਰੀ ਮੁਤਾਬਿਕ ਮ੍ਰਿਤਕ ਬੱਚੇ ਦਾ ਨਾਮ ਗੁਰਫਤਿਹ ਸਿੰਘ ਹੈ। ਫਿਲਹਾਲ ਪਿੰਡ ਵਾਸੀਆਂ ਨੇ ਹੁਣ ਸਰਕਾਰ ਤੋਂ ਇਸ ਗਰੀਬ ਪਰਿਵਾਰ ਲਈ ਮਦਦ ਦੀ ਗੁਹਾਰ ਲਗਾਈ ਹੈ। ਬਹੁਤ ਹੀ ਮਤਭਗੀ ਚਲੋ ਘਟਨਾ ਹੋਈ ਹੈ, ਜਿਹਨੂੰ ਚਾਹੀਦਾ ਨਹੀਂ ਲੱਗੇ। ਚਲੋ ਪਿੰਡ ਵਾਲਿਆਂ ਨੂੰ ਉਂਝ ਦਿੱਤਾ ਵਾ ਵੀ ਕੀ ਹਾਲ ਚਾਲ ਹੈ ਮਕਾਨ ਦਾ, ਇਹਨੂੰ ਚਾਹੀਦਾ ਸੋਧਣਾ, ਪਰ ਹੁਣ ਕੀ ਕਰ ਸਕਦੇ, ਜੋ ਅਗਲੇ ਦਾ ਨੁਕਸਾਨ ਹੋ ਗਿਆ, ਕਿੰਨਾ ਨੁਕਸਾਨ ਬੇਟਾ ਇਸ ਤਰ੍ਹਾਂ ਧੂਮੀ। ਅਸੀਂ ਭਾਅ ਜੀ ਇੱਥੇ ਅੰਦਰ ਬੈਠੇ, ਨਾਲ ਹੀ ਆਪਣਾ ਘਰ ਆ, ਇੱਦਾਂ ਆਵਾਜ਼ ਆਈ ਜਾਂ ਗੜਮ ਕਰਕੇ ਅਤੇ ਇੱਕਦਮ ਜਦੋਂ ਅਸੀਂ ਬਾਹਰ ਆਏ ਸਾਨੂੰ ਪਤਾ ਚੱਲਿਆ ਵੀ ਕਮਰਾ ਡਿੱਗ ਪਿਆ ਵਾ, ਕੱਚਾ ਕਮਰਾ ਸੀ, ਮਾੜਾ ਮੋਟਾ ਵਿਚਾਰੇ ਬਣਾ ਕੇ ਚਲੋ ਆਪ ਆਪਣਾ ਬੈਠੇ ਅਤੇ ਥੱਲੇ ਬੱਚੇ 3 ਬੱਚੇ। ਪਹਿਲਾਂ ਤਾਂ ਇਹਦੇ ਮੁੰਡੇ ਦੇ ਚਾਚੇ ਨੂੰ ਕੱਢਿਆ, ਜਿਹਨੇ ਡੈਥ ਹੋਈ ਆ ਉਹਨੂੰ ਕੱਢਿਆ, ਉਸ ਤੋਂ ਬਾਅਦ 'ਚ ਮੁੰਡੇ ਦੀ ਭੈਣ ਨੂੰ ਕੱਢਿਆ ਥੱਲਿਓਂ, ਅਤੇ ਜਦੋਂ ਮੁੜ ਕੇ ਮੁੰਡਾ ਕੱਢਿਆ ਥੱਲਿਓਂ ਅਤੇ ਮੁੰਡਾ ਸਾ ਉਹ ਐਂ ਗੱਡ ਦੀ ਪੱਟੀ ਥੱਲੇ ਆਇਆ ਅਤੇ ਮੁੰਡਾ ਖਤਮ ਹੋਇਆ ਪਿਆ ਉਹਨੂੰ ਥੱਲੇ। ਕਿੰਨੀ ਉਮਰ ਸੀ ਉਸ ਬੱਚੇ ਦੀ? 4-5 ਸਾਲ ਸਰ ਜੀ, ਛੋਟਾ ਬੱਚਾ ਜੀ। ਹੋਰ ਇੱਕ ਗੰਭੀਰ ਜ਼ਖਮੀ ਵੀ? ਹਾਂਜੀ ਹਾਂਜੀ, ਉਹਦੀਆਂ ਸੱਟਾਂ ਲੱਗੀਆਂ ਜੀ ਇਹ ਚੀਜ਼, ਅਤੇ ਉਹਨੂੰ ਦੱਬ ਆਈ, ਉਹ ਦਾਖਲ, ਹੱਡੀ ਕਰੈਕ ਹੋ ਗਈ ਉਹਦੀ ਹੱਸ ਦੀ।